ਕਾਹਦਾ ਡਰਨਾ ਸ਼ਹਿਰ ਤੇਰੇ ਦੀਆਂ ਖਿੱਲਾਂ ਮੱਖੀਆਂ ਮੱਛਰਾਂ ਤੋਂ, ਬੰਦੇ ਖਾਣੇ ਬੰਦਿਆਂ ਤੋਂ ਹੀ ਦਿਲ ਘਬਰਾਉਂਦਾ ਏ, ਬੰਦੇ ਖਾਣੇ ਬੰਦਿਆਂ ਤੋਂ ਹੀ ਦਿਲ ਘਬਰਾਉਂਦਾ ਏ। ਇਹ 17 ਮੈਂ ਫੇਸਬੁੱਕ ਤੋਂ ਧੰਨਵਾਦ ਸਹਿਤ ਉਧਾਰ ਲਈਆਂ ਹਨ, ਕਿਉਂਕਿ ਅੱਜ ਜੋ ਹਾਲਾਤ ਕਰੋਨਾ ਨੇ ਬਣਾ ਦਿੱਤੇ ਨੇ, ਉਹਨਾਂ ਹਾਲਾਤਾਂ ਨੂੰ ਵੇਖਦਿਆਂ ਕਿਸੇ ਨੂੰ ਦੁਆ ਦੇਣ ਲੱਗਿਆਂ ਵੀ ਆਪਣੇ ਅੰਦਰ ਝਾਤੀ ਮਾਰਨੀ ਪੈਂਦੀ ਹੈ ਕਿ ਕਦੇ ਮੈਂ ਇੱਕ ਮਨੁੱਖ ਹੋਣ ਦੇ ਨਾਤੇ ਵੀ ਉਸ ਕਾਦਰ ਅਤੇ ਉਸ ਕਾਦਰ ਦੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਤਾਂ ਨਹੀਂ ਹਾਂ। ਇਹ ਸਵਾਲ ਉਸ ਕਰਕੇ ਅਹਿਮੀਅਤ ਰੱਖਦਾ ਹੈ ਜਦੋਂ ਤੂਫਾਨ ਵਾਂਗ ਇੱਕ ਬਿਮਾਰੀ, ਮਾਮੂਲੀ ਜੀ ਬਿਮਾਰੀ ਜੋ ਖਾਂਸੀ ਤੋਂ ਸ਼ੁਰੂ ਹੋਈ, ਜੋ ਖੰਘ ਤੋਂ ਸ਼ੁਰੂ ਹੋਈ, ਜੋ ਸਾਹ ਦੇ ਥੋੜ੍ਹਾ ਜਿਹਾ ਰੁਕ ਜਾਣ ਨਾਲ ਸ਼ੁਰੂ ਹੋਈ, ਕਰੋਨਾ ਕੁਝ ਹੀ ਸਮੇਂ ਦੇ ਵਿੱਚ ਲੱਖਾਂ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਔਰ ਵੱਡੇ ਵੱਡੇ ਸ਼ਹਿਰਾਂ ਨੂੰ ਨੇਸਤੋ ਨਾਬੂਦ ਕਰ ਰਹੀ ਹੈ। ਕਿਸ ਪੱਖੋਂ? ਮਨੁੱਖਤਾ ਦੇ ਪੱਖੋਂ, ਜੀਵਨ ਦੇ ਪੱਖੋਂ, ਔਰ ਜੋ ਸਭ ਤੋਂ ਅਹਿਮ ਗੱਲ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਲੋਕ ਹੁਣ ਤੱਕ ਕਰੋਨਾ ਬਿਮਾਰੀ ਨਾਲ ਮਾਰੇ ਜਾ ਚੁੱਕੇ ਹਨ, ਇਹ ਦਾਅਵਾ ਕੀਤਾ ਜਾ ਰਿਹਾ ਹੈ ਜਾਂ ਜਿਤਾਇਆ ਜਾ ਰਿਹਾ ਹੈ, ਐਲਾਨ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਹੀ ਮਾਰੇ ਗਏ ਲੋਕ ਅੱਗ ਦੇ ਹਵਾਲੇ ਕੀਤੇ ਜਾਣਗੇ, ਭਾਵੇਂ ਉਹਨਾਂ ਦਾ ਧਰਮ ਕੋਈ ਵੀ ਹੋਵੇ, ਭਾਵੇਂ ਉਹ ਧਰਮ ਇਸ ਦੀ ਇਜਾਜ਼ਤ ਦਿੰਦਾ ਹੋਵੇ ਜਾਂ ਨਹੀਂ। ਪਤਾ ਨਹੀਂ ਲੱਗਦਾ ਕਿ ਕੁਝ ਹੀ ਦਿਨਾਂ ਦੇ ਵਿੱਚ ਲੱਖਾਂ ਕਰੋੜਾਂ ਹਵਾਈ ਜਹਾਜ਼, ਰੇਲ ਗੱਡੀਆਂ, ਹਜ਼ਾਰਾਂ ਸਮੁੰਦਰੀ ਜਹਾਜ਼ ਅਤੇ ਅਰਬਾਂ ਖਰਬਾਂ ਚਾਰ ਪਹੀਆਂ ਗੱਡੀਆਂ ਦੀਆਂ ਬ੍ਰੇਕਾਂ ਲੱਗ ਗਈਆਂ ਹਨ, ਜਿਵੇਂ ਕੋਈ ਅਣਦੇਖ ਲਾਲ ਬੱਤੀ ਸਾਹਮਣੇ ਆ ਗਈ ਹੋਵੇ। ਕਰੋਨਾ ਦਾ ਨੁਕਸਾਨ ਗਿਣਿਆ ਮਿਣਿਆ ਜਾ ਰਿਹਾ ਹੈ ਅਤੇ ਉਡੀਕਿਆ ਵੀ ਜਾ ਰਿਹਾ ਹੈ, ਲੇਕਿਨ ਸਰਕਾਰਾਂ ਦੀ ਤ੍ਰਾਸਦੀ ਸਮਝੋ, ਸਰਕਾਰਾਂ ਦੀ ਸਿਆਸਤ ਸਮਝੋ ਜਾਂ ਸਰਕਾਰਾਂ ਦੀ ਸੌੜੀ ਸੋਚ ਸਮਝੋ ਕਿ ਉਹ ਇਹ ਵੀ ਸੋਚਣਾ ਸ਼ੁਰੂ ਕਰ ਦਿੰਦੀਆਂ ਹਨ ਕਿ ਆਖਰ ਇਸ ਦੋਸ਼ ਨੂੰ ਕਿਸ ਦੇ ਮੱਥੇ 'ਤੇ ਮੜਨਾ ਹੈ, ਉਸ ਦੀ ਵਿਉਂਤਬੰਦੀ ਵੀ ਕਰ ਰਹੀਆਂ ਹਨ ਔਰ ਅਜਿਹੇ ਵਿੱਚ ਪ੍ਰਮੁੱਖ ਨਿਸ਼ਾਨੇ 'ਤੇ ਆ ਰਿਹਾ ਹੈ ਏਸ਼ੀਆ ਦਾ ਇੱਕ ਅਹਿਮ ਮੁਲਕ ਚੀਨ, ਜੋ ਕੱਲ੍ਹ ਤੱਕ ਸੰਸਾਰ ਦੀ ਸੁਪਰ ਪਾਵਰ ਬਣਨ ਦੇ ਰਾਹ ਦੇ ਉੱਤੇ ਤੁਰਿਆ ਹੋਇਆ ਸੀ, ਜਿਸ ਚੀਨ ਦੀ ਇੱਕ ਵਿਕਸਿਤ ਤਕਨੀਕ ਨੂੰ ਕਈ ਮੁਲਕਾਂ ਦੇ ਵਿਕਾਸ ਨੂੰ ਪਹੀਏ ਲਾ ਦਿੱਤੇ ਸਨ, ਅੱਜ ਉਸੇ ਚੀਨ ਵੱਲ ਵੱਡੀਆਂ ਵੱਡੀਆਂ ਤਾਕਤਾਂ ਜ਼ੋਰ ਜ਼ੋਰ ਨਾਲ ਥੁੱਕ ਰਹੀਆਂ ਹਨ ਔਰ ਦਿੱਤੇ ਜਾ ਰਹੇ ਮਿਹਣਿਆਂ ਦੀ ਕੋਈ ਗਿਣਤੀ ਹੀ ਨਹੀਂ ਹੈ। ਚਰਚਾ ਵਿੱਚ ਹੈ ਚੀਨ ਦਾ ਸ਼ਹਿਰ ਵੁਹਾਨ, ਜਿਸ ਵਿੱਚ ਜਿਸ ਦੇ ਸਿਰ 'ਤੇ ਇਹ ਦੋਸ਼ ਮੜਿਆ ਜਾ ਰਿਹਾ ਹੈ ਕਿ ਚੀਨ ਦਾ ਇਹ ਸ਼ਹਿਰ 21ਵੀਂ ਸਦੀ ਲਈ ਵਾਟਰਲੂ ਦਾ ਮੈਦਾਨ ਤਿਆਰ ਕਰ ਰਿਹਾ ਹੈ। ਕੁਦਰਤ ਅਤੇ ਤਕਨੀਕ ਦਰਮਿਆਨ ਜੋ ਜੰਗ ਲੜੀ ਗਈ ਹੈ, ਇੱਥੋਂ ਹੀ ਲਾਗ ਲੱਗੀ ਸੀ ਬੰਦੇ ਖਾਣੀ ਬਿਮਾਰੀ ਕਰੋਨਾ ਵਾਇਰਸ ਦੀ ਅਤੇ ਸੰਸਾਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਜਾ ਪੁੱਜੀ ਹੈ। ਬਰਾਬਰ ਦੇ ਦਾਅਵੇ ਹਨ ਕਿ ਚੀਨ ਦਾ ਇਹ ਸ਼ਹਿਰ 4 ਮਹੀਨੇ ਬਾਅਦ ਬਿਮਾਰੀ ਦੀ ਦਹਿਸ਼ਤ ਤੋਂ ਪਰਤ ਆਇਆ ਹੈ। ਅਣਗਿਣਤ ਕਹਾਣੀਆਂ ਕੁਝ ਤੱਥਾਂ ਸਹਿਤ ਅਤੇ ਕੁਝ ਤੱਥਹੀਣ ਚਰਚਾ ਵਿੱਚ ਹਨ ਕਿ ਵੁਹਾਨ ਨੇ ਕਿਸ ਤਰ੍ਹਾਂ ਬਿਮਾਰੀ ਫੈਲਾਈ ਜਾਂ ਕਿਸ ਤਰ੍ਹਾਂ ਇਸ ਸ਼ਹਿਰ ਦੇ ਸ਼ਾਸਕਾਂ ਨੇ ਇੱਕ ਸਾਜਿਸ਼ ਤਹਿਤ ਬਿਮਾਰੀ ਨੂੰ ਦੂਸਰੇ ਮੁਲਕਾਂ ਵੱਲ ਤੋਰਿਆ ਸਵਾਰੀ ਲੱਭ ਕੇ, ਔਰ ਸੁਪਰ ਪਾਵਰ ਮੁਲਕਾਂ ਦੀ ਡਿੱਗ ਰਹੀ ਸ਼ਾਖ ਨੂੰ ਵੇਖਦਿਆਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਜੇ ਕਿਤੇ ਦੇਸ਼ਾਂ ਮੁਲਕਾਂ ਦੀ
ਆਰਥਿਕਤਾ ਡੁੱਬੀ ਹੈ, ਡਿੱਗੀ ਹੈ, ਤਾਂ ਉਸ ਦਾ ਦੋਸ਼ੀ ਚੀਨ ਹੈ। ਕਾਰਨ ਬਹੁਤ ਜ਼ਿਆਦਾ ਦੱਸੇ ਜਾ ਰਹੇ ਹਨ, ਲੇਕਿਨ ਇਸ ਤੋਂ ਵੱਡੀ ਤਰਕ ਸੱਚਾਈ ਉਹ ਇਹ ਹੈ ਕਿ ਇਹ ਦੋਸ਼ ਮੁਲਕ ਨਹੀਂ ਲਾ ਰਹੇ, ਬਲਕਿ ਉਹਨਾਂ ਮੁਲਕਾਂ ਦਾ ਮੀਡੀਆ ਲਾ ਰਿਹਾ ਹੈ। ਮੀਡੀਆ ਦੇ ਮੋਢੇ 'ਤੇ ਰੱਖ ਕੇ ਚਲਾਈ ਜਾ ਰਹੀ ਹੈ ਚੀਨ ਵੱਲ ਤੋਪ, ਔਰ ਇਹ ਕਹਿਣ ਵਿੱਚ ਕੋਈ ਸ਼ੰਕਾ ਵੀ ਨਹੀਂ ਹੋਣੀ ਚਾਹੀਦੀ ਕਿ ਕੌਣ ਕਿਸ ਦੇ ਪਿੱਛੇ ਹੈ ਅਤੇ ਕੌਣ ਅੱਜ ਆਪਣਾ ਦੋਸ਼ ਕਿਸੇ ਦੂਸਰੇ ਦੇ ਸਿਰ 'ਤੇ ਮੜ ਰਿਹਾ ਹੈ। ਲੇਕਿਨ ਇੱਕ ਸਵਾਲ ਹੋਰ ਜੋ ਮੇਰੇ ਜ਼ਿਹਨ ਵਿੱਚ ਹੈ ਉਹ ਹੈ ਕਿ ਚੀਨ ਜੇਕਰ ਐਡੀ ਵੱਡੀ ਸਾਜਿਸ਼ ਦਾ ਰਚੇਤਾ ਹੈ ਤਾਂ ਸੰਸਾਰ ਭਰ ਦੇ ਮੁਲਕਾਂ ਦੇ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗ ਗਈ ਹੈ, ਤਾਂ ਮਨੁੱਖੀ ਅਧਿਕਾਰਾਂ ਦੀਆਂ ਰਾਖੀ ਸੰਸਥਾਵਾਂ ਕਿੱਥੇ ਹਨ? ਸੰਯੁਕਤ ਰਾਸ਼ਟਰ ਸੰਘ ਕਿੱਥੇ ਹੈ? ਕੀ ਮਜਬੂਰੀ ਹੈ ਕਿ ਮੀਡੀਆ ਤਾਂ ਬੋਲ ਰਿਹਾ ਹੈ ਲੇਕਿਨ ਮੁਲਕ ਨਹੀਂ ਬੋਲ ਰਹੇ? ਕਿਹਾ ਜਾ ਰਿਹਾ ਹੈ ਕਿ ਚੀਨ ਨੇ ਵਪਾਰ ਦੇ ਨਾਂ 'ਤੇ ਹਰ ਦੇਸ਼ ਦੇ ਵੱਡੇ ਸਨਅਤੀ ਅਤੇ ਵਪਾਰਕ ਘਰਾਣੇ ਨੂੰ ਪਹਿਲਾਂ ਆਪਣੇ ਨਾਲ ਜੋੜਿਆ ਅਤੇ ਹੁਣ ਗੁਲਾਮ ਬਣਾ ਰਿਹਾ ਹੈ। ਇਹ ਤੱਥ ਅਜੇ ਵਿਚਾਰਨੇ ਬਾਕੀ ਹਨ, ਅਜੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ। ਲੇਕਿਨ ਪੁੱਛਣਾ ਜ਼ਰੂਰ ਬਣਦਾ ਹੈ ਕਿ ਅਰਬਾਂ ਖਰਬਾਂ ਰੁਪਏ ਦੀ ਜਸੂਸੀ 'ਤੇ ਖਰਚਣ ਵਾਲਿਓ, ਜਸੂਸੀ ਉੱਤੇ ਅਰਬਾਂ ਖਰਬਾਂ ਰੁਪਏ ਖਰਚਣ ਵਾਲਿਓ, ਕੀ ਤੁਹਾਨੂੰ ਕਦੇ ਇਸ ਗੱਲ ਦੀ ਭਿਣਕ ਹੀ ਨਹੀਂ ਪਈ ਕਿ ਤੁਹਾਡੇ ਖਿਲਾਫ, ਤੁਹਾਡੇ ਲੋਕਾਂ ਦੇ ਖਿਲਾਫ ਕੋਈ ਐਸੀ ਵੱਡੀ ਸਾਜਿਸ਼ ਰਚ ਰਿਹਾ ਹੈ? ਔਰ ਜਿੱਥੋਂ ਤੱਕ ਹੁਣ ਜ਼ਰੂਰਤ ਹੈ ਕਿ ਬਹੁਤ ਜ਼ਿਆਦਾ ਸਸਤੀ ਸ਼ੋਹਰਤ ਤੋਂ ਬਚਿਆ ਜਾਏ। ਔਰ ਜਦੋਂ ਤੁਸੀਂ ਗੱਲ ਕਰਦੇ ਹੋ ਸਸਤੀ ਸ਼ੋਹਰਤ ਦੀ, ਤਾਂ ਸਾਨੂੰ ਇਹ ਮੰਨ ਕੇ ਚੱਲਣਾ ਪਵੇਗਾ ਕਿ ਉਹ ਕਿਹੜਾ ਮੁਲਕ ਹੈ ਜਿਸ ਨੇ ਚੀਨ ਦੇ ਬਣਾਏ ਹੋਏ ਪ੍ਰੋਡਕਟ, ਚੀਨ ਦੀਆਂ ਬਣਾਈਆਂ ਵਸਤੂਆਂ ਨੂੰ ਨਹੀਂ ਖਰੀਦਿਆ, ਆਪਣੇ ਲੋਕਾਂ ਵਿੱਚ ਨਹੀਂ ਪ੍ਰਚਾਰਿਆ, ਤਾਂ ਕਾਰਨ ਕੀ ਸੀ? ਕਾਰਨ ਇੱਕੋ ਹੀ ਸੀ ਕਿ ਚੀਨ ਦਾ ਬਣਿਆ ਸਮਾਨ ਸਸਤਾ ਸੀ ਬਾਕੀ ਮੁਲਕਾਂ ਨਾਲੋਂ। ਜਦੋਂ ਤੁਸੀਂ ਆਪਣੇ ਮੁਲਕਾਂ ਦੀ ਸਨਅਤ ਨੂੰ ਆਪ ਹੀ ਤਬਾਹ ਕਰ ਲਿਆ, ਔਰ ਅੱਜ ਤੁਸੀਂ ਚੀਨ ਨੂੰ ਦੋਸ਼ ਦੇ ਰਹੇ ਹੋ, ਤਾਂ ਫਿਰ ਵਿਚਾਰ ਲਓ ਕਿ ਸਸਤਾ ਰੋਵੇ ਬਾਰ ਬਾਰ, ਮਹਿੰਗਾ ਰੋਵੇ ਇੱਕ ਵਾਰ। ਔਰ ਭਾਰਤ ਦੀਆਂ ਅਣਗਿਣਤ ਸੰਸਥਾਵਾਂ ਐਸੀਆਂ ਨੇ ਜਿਨ੍ਹਾਂ ਨੇ ਸਮੇਂ ਸਮੇਂ ਚੀਨ ਦੀਆਂ ਵਸਤੂਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ, ਲੇਕਿਨ ਜਿਸ ਦਿਨ ਚੀਨ ਪਾਸੋਂ ਭਾਰਤ ਦੀ ਨੱਪੀ ਹੋਈ ਜ਼ਮੀਨ ਖੋਹਣ ਦਾ ਮੌਕਾ ਸਾਹਮਣੇ ਆਇਆ, ਤਾਂ ਉਸ ਦਿਨ ਵੱਡੇ ਵੱਡੇ ਮੁਲਕਾਂ ਨੇ ਸਲਾਹ ਦੇ ਦਿੱਤੀ, ਲੜੋ ਨਾ, ਆਪਸ ਵਿੱਚ ਹੀ ਬੈਠ ਕੇ ਨਿਪਟਾਰਾ ਕਰ ਲਓ। ਅੱਜ ਸਾਡੇ ਮੁਲਕ ਦੇ ਹੋਰ ਹਾਲਾਤ ਦੇਖ ਲੈਣੇ ਚਾਹੀਦੇ ਨੇ। ਕੁਝ ਹੀ ਮਹੀਨੇ ਪਹਿਲਾਂ ਪੰਜਾਬ ਵਰਗੇ ਸੂਬੇ ਵਿੱਚ ਇੱਕ ਅਹਿਮ ਪਾਬੰਦੀ ਸੀ, ਔਰ ਉਹ ਪਾਬੰਦੀ ਕੀ ਸੀ ਕਿ ਚੀਨ ਦੀ ਬਣਾਈ ਹੋਈ ਡੋਰ ਨਾ ਵੇਚੀ ਜਾਵੇ। ਚੀਨ ਦੀ ਬਣਾਈ ਡੋਰ 'ਤੇ ਪਾਬੰਦੀ ਲਗਾਈ ਹੋਈ ਸੀ ਕਿਉਂਕਿ ਇਸ ਚੀਨੀ ਡੋਰ ਨੇ ਅਣਗਿਣਤ ਲੋਕਾਂ ਨੂੰ ਜ਼ਖਮੀ ਕੀਤਾ, ਪੰਛੀਆਂ ਨੂੰ ਜ਼ਖਮੀ ਕੀਤਾ, ਪੰਛੀਆਂ ਨੂੰ ਮੌਤ ਦੇ ਘਾਟ ਉਤਾਰਿਆ, ਔਰ ਮਨੁੱਖਾਂ ਦੀ ਜਾਨ ਵੀ ਲਈ। ਲੇਕਿਨ ਉਸ ਵੇਲੇ ਕਿਸੇ ਸਰਕਾਰ ਨੂੰ ਚੀਨ ਦਾ ਇਹ ਜੋ ਪੈਂਤੜਾ ਹੈ ਉਹ ਯਾਦ ਨਹੀਂ ਆਇਆ। ਰਾਮੂ ਵਾਲੀਆ ਬਲਦੀਪ ਸਿੰਘ ਦੀਆਂ ਸਤਰਾਂ ਯਾਦ ਆਉਂਦੀਆਂ ਹਨ ਕਿ ਤੇਰੇ ਸਨਮੁੱਖ ਹਾਰ ਕੇ ਵੀ ਸਰੂਰ ਜਿਹਾ ਆਉਂਦਾ ਹੈ, ਤੇਰੇ ਸਨਮੁੱਖ ਹਾਰ ਕੇ ਵੀ ਸਰੂਰ ਜਿਹਾ ਆਉਂਦਾ ਹੈ। ਜੇ ਹੁਣ ਤੱਕ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਵਾਲੀ ਅਸੀਂ ਨੀਤੀ ਅਪਣਾਈ ਰੱਖੀ ਹੈ, ਤਾਂ ਅੱਜ ਇੰਨਾ ਵੱਡਾ ਦਰਦ ਕਿਉਂ ਮਹਿਸੂਸ ਕਰ ਰਹੇ ਹਾਂ? ਇਹ ਸਵਾਲ ਉਹਨਾਂ ਸਿਆਸਤਦਾਨਾਂ ਨੂੰ ਹੈ, ਉਹਨਾਂ ਸ਼ਾਸਕਾਂ ਨੂੰ ਹੈ, ਕਿਉਂਕਿ ਸ਼ਾਇਦ ਦੁਨੀਆ ਦੀਆਂ ਕੁਝ ਨਾਮਵਰ ਹਸਤੀਆਂ, ਕੁਛ ਵੱਡੇ ਲੋਕ ਕੋਰੋਨਾ ਦੀ ਭੇਟ ਚੜ ਗਏ ਹਨ, ਤਾਂ ਫਿਰ ਆਮ ਲੋਕਾਂ ਦੀ ਜ਼ਿੰਦਗੀ ਦਾ ਤੁਹਾਡੇ ਸਾਹਮਣੇ ਮੁੱਲ ਕੀ ਹੈ, ਬੁੱਕਤ ਕੀ ਹੈ?
एक बार फिर यह दुनिया के शासकों तुहानू याद होना है कि जदों कदे ये भी रचनावां सामने आई सन, एक दर्द सामने आया सी, ऐ आइटमां दे ताजरो बारूद दे बन जा रहे हो, हुण होर ना मनुखता दे सिर लहू दा करजा चाड़ियो, तां उस वेले तुहानू ये दर्द कुछ महीनियां लई कुछ सालां लई महसूस होया सी, जां तुसी कोई वैसे ही बहाना लभ्या सी, जां लुकाई नू मूर्ख बनाउण दी कोशिश कीती सी। अज फिर एक बार तुसी वुहान दे वुहान ते खड़े हो, वुहान दे वुहान ते खड़े हो, बच सकते हो, तां उस वैंच वैंच तों अपने लोकां नू बचा लो, वरना समय दे एक थप्पड़ दी देर है, समय दे एक थप्पड़ दी देर है, प्यारे मेरी फकीरी भी की ते तेरी बादशाही भी की, समय दे एक थप्पड़ दी देर है, प्यारे मेरी फकीरी भी की ते तेरी बादशाही भी की। तुहाडा सब दा बहुत बहुत धन्यवाद।